ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਥਾਣਾ ਖਾਲੜਾ ਦੀ ਪੁਲਿਸ ਨੇ 10 ਗ੍ਰਾਮ ਹੈਰੋਨ ਸਮੇਤ ਦੋ ਨੌਜਵਾਨਾਂ ਨੂੰ ਕੀਤਾ ਕਾਬੂ। ਫੜੇ ਗਏ ਨੌਜਵਾਨਾਂ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸਿੱਧਵਾਂ ਅਤੇ ਗੁਰਜੰਟ ਸਿੰਘ ਪੁੱਤਰ ਤਾਰਾਚੰਦ ਵਾਸੀ ਡੱਲ ਵਜੋਂ ਹੋਈ ਹੈ। ਫੜੀ ਗਈ ਹੈਰੋਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਪੂਰੇ ਮਾਮਲੇ ਸੰਬੰਧੀ SHO ਹਰਪ੍ਰੀਤ ਸਿੰਘ ਵਿਰਕ ਨੇ ਜਾਣਕਾਰੀ ਦਿੱਤੀ। ਸਬ ਇੰਸਪੈਕਟਰ ਦੀਪ ਸਿੰਘ ਪੁਲਿਸ ਪਾਰਟੀ ਸਮੇਤ ਜਦੋਂ ਗਸ਼ਤ ਕਰ ਰਹੇ ਸੀ ਅਤੇ ਗਸ਼ਤ ਦੌਰਾਨ ਬਾਣੀ ਵਿੱਚ ਨੂੰ ਮੁੱਲ ਲੱਗੇ ਅਤੇ ਮੁੱਲ ਚੱਕ ਮੋੜ ਦੇ ਪਹਿਲਾਂ ਦੋ ਮੁੰਡੇ ਤੁਰੇ ਜਾਂਦੇ ਦੇਖੇ, ਗੁਰਜੰਟ ਸਿੰਘ ਵਾਸੀ ਡੱਲ, ਮਨਪ੍ਰੀਤ ਸਿੰਘ ਵਾਸੀ ਸਿੱਧਵਾਂ ਪਿੰਡ ਦਾ। ਜਦੋਂ ਪੁੱਛ ਕੇ ਘੇਰਿਆ ਅਤੇ ਇਹਨਾਂ ਨੇ ਆਪਣੀ ਜੇਬ 'ਚ ਮੋਬਾਈਲ ਫੋਨ ਸੁੱਟੇ, ਜਿਨ੍ਹਾਂ ਦੀ ਕਾਬੂ ਕਰਦੇ ਸਰਚ ਕਰਤੇ ਅਤੇ ਇਹਨਾਂ ਕੋਲੋਂ ਹੀਰਨ ਬਰਾਮਦ ਹੋਈ, 5 ਗ੍ਰਾਮ ਦੋ ਹੀਰਨ ਬਰਾਮਦ। ਸਰ ਇਹ ਵੇਚਦੇ ਸੀਗੇ ਜਾਂ ਪੀਂਦੇ ਸੀਗੇ? ਇਹ ਵੇਚਣ ਵਾਸਤੇ ਇਹਨਾਂ ਨੇ ਲਈ ਸੀ ਅਤੇ ਮਤਲਬ ਇਹਨਾਂ ਨੇ ਦੱਸਿਆ ਕਿ ਕਹੀਂ ਵੇਚਣੀ ਬੰਦ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।